ਪੰਜਾਬ ਦੇ ਵਿੱਚ ਕਿਲਾ ਰਾਏਪੁਰ ਪਿੰਡੂ ਖੇਡਾਂ ਜਿਹੜੀਆਂ ਵਾਂ ਉਹਨਾਂ 'ਚ ਸਿਰਫ ਇੱਕ ਹਫਤਾ ਰਹਿ ਗਿਆ ਵਾ ਇਹ ਪਿੰਡੂ ਖੇਡਾਂ ਨੂੰ ਪਿੰਡੂ 올림픽ਸ ਰੂਰਲ 올림픽ਸ ਵੀ ਕਿਹਾ ਜਾਂਦਾ ਬਹੁਤ ਮਸ਼ਹੂਰ ਹੈ ਸਾਰੇ ਦੁਨੀਆ ਦੇ ਵਿੱਚ ਇਹ ਖੇਡਾਂ ਹਫਤਾ ਰਹਿਣ ਦੇ ਵਿੱਚ ਇੱਕ ਬਹੁਤ ਵੱਡਾ ਉੱਥੇ ਵਿਵਾਦ ਬਣਿਆ ਵਾ ਕਿ ਜਿਹੜੀ ਬੋਲਦਾਂ ਦੀ ਰੇਸ ਹੈ ਜਿਹੜੀ ਬੈਲ ਗੱਡੀ ਦੀ ਰੇਸ ਹੈ ਜਿਹੜੀ ਉਹ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਇਹ ਵਿਵਾਦ ਇਸ ਕਰਕੇ ਆ ਕਿ ਪਿਛਲੇ ਸਾਲ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਸੀ ਪੀ ਇਹੋ ਜੀ ਕੋਈ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਕੋਈ ਖੇਡ ਨਹੀਂ ਹੋਣੀ ਚਾਹੀਦੀ ਜਿਹਦੇ ਵਿੱਚ ਜਾਨਵਰਾਂ ਨੂੰ ਉਹ ਜਾਨਵਰਾਂ ਤੇ ਜ਼ੁਲਮ ਹੋਵੇ ਉਹਨਾਂ ਨੂੰ क्रੂਲਟੀ ਪੁਚਾਈ ਜਾਵੇ ਤੋਂ ਉਸ ਤੋਂ ਬਾਅਦ ਜਿਹੜਾ ਐਨੀਮਲ ਵੈਲਫੇਅਰ ਬੋਰਡ ਵਾਲੇ ਲੋਕ ਆ ਉਹ ਕਹਿ ਰਹੇ ਆ ਕਿ ਜਿਹੜੀ ਬੌਲਦਾਂ ਦੀ ਰੇਸ ਹੈ ਬੈਲ ਗੱਡੀ ਦੀ ਰੇਸ ਹੈ ਜਿਹੜੀ ਇਹ ਵੀ ਇਸੇ ਕੈਟਾਗਰੀ ਚ ਆਉਂਦੀ ਆ ਔਰ ਇਹ ਰੇਸਿਸ ਨਹੀਂ ਹੋਣੀਆਂ ਚਾਹੀਦੀਆਂ ਉਧਰ ਕਿਲਾ ਰਾਏਪੁਰ ਦੇ ਜਿਹੜੇ ਖੇਡਾਂ ਦੇ ਪ੍ਰਬੰਧਕ ਆ ਉਹ ਕਹਿ ਰਹੇ ਆ ਕਿ ਇਹ ਬੜੀ ਪੁਰਾਣੀ ਟਰੈਡੀਸ਼ਨ ਆ ਇਹ ਜਿਹੜੀ ਬੌਲਦਾਂ ਦੀ ਰੇਸ ਹੈ ਜਿਹੜੀ ਔਰ ਬਹੁਤ ਲੋਕ ਇਹਨੂੰ ਵੇਖਣ ਵਾਸਤੇ ਆਉਂਦੇ ਇਹਦੀ ਸਟਾਰ ਅਟਰੈਕਸ਼ਨ ਹੈ ਇਹਨਾਂ ਘੇਡਾਂ ਦੇ ਵਿੱਚ ਔਰ ਇਹ ਜ਼ਰੂਰ ਹੋਣੀ ਚਾਹੀਦੀ ਹੈ ਮੈਂ ਕਿਲਾ ਰਾਏਪੁਰ ਖੇਡ ਦੇ ਪ੍ਰਬੰਧਕਾਂ ਨਾਲ ਬਿਲਕੁਲ ਸਹਿਮਤ ਹਾਂ ਇਹ ਇੱਕ ਬੜੀ ਪੁਰਾਣੀ ਖੇਡ ਹੈ ਇਹ ਜ਼ਰੂਰ ਹੋਣੀ ਚਾਹੀਦੀ ਹੈ ਜੇ ਕੋਈ ਖੇਡਾਂ 'ਚ ਹਿੱਸਾ ਲੈਂਦਾ ਵਾ ਤੇ ਉਹ ਕੋਈ ਜ਼ੁਲਮ ਨਹੀਂ ਕਰਦਾ ਉਸ ਜਾਨਵਰ ਤੇ ਜਾਂ ਇਨਸਾਨ ਤੇ ਮੇਰੇ ਖਿਆਲ ਜਦੋਂ ਅਸੀਂ ਵੀ ਖਿਡਾਰੀ ਰਹੇ ਹਾਂ ਜਦੋਂ ਕੋਈ ਕੋਚ ਕਿਸੇ ਆਪਣੇ ਸਟੂਡੈਂਟ ਨੂੰ ਪੁਸ਼ ਕਰਦਾ ਵਾ ਕਿਸੇ ਖੇਡ ਦੇ ਵਿੱਚ ਉਹ ਕੋਈ ਜ਼ੁਲਮ ਨਹੀਂ ਹੁੰਦਾ ਉਹ ਉਹਦੀ ਬਿਹਤਰੀ ਵਾਸਤੇ ਹੁੰਦਾ ਇਸੇ ਤਰ੍ਹਾਂ ਜਿਹੜੇ ਪਿੰਡੂ ਖੇਡਣਾਂ ਜਾਨੂਆਂ ਲੋਕੀ ਉਹਨਾਂ ਨੂੰ ਪਤਾ ਵਾ ਵੀ ਬੋਲਦਾਂ ਨੂੰ ਜਾਂ ਹੋਰ ਜਿਹੜੇ ਜਾਨਵਰ ਜਿਹਨਾਂ ਨਾਲ ਖੇਡਾਂ 'ਚ ਸੱਲਵਾਉਂਦੇ ਲੋਕੀ ਉਹ ਉਹਨਾਂ ਦੀ ਬਹੁਤ ਸੇਵਾ ਕਰਦੇ ਆ ਉਹਨਾਂ ਨੂੰ ਚੰਗਾ ਖਵਾਉਂਦੇ ਆ ਕਸਰਤ ਕਰਾਉਂਦੇ ਉਹਨਾਂ ਦੀ ਮਾਲਿਸ਼ ਕਰਦੇ ਆ ਔਰ ਠੀਕ ਆ ਜਦੋਂ ਟੂਰਨਾਮੈਂਟ ਹੁੰਦਾ ਜਦੋਂ ਰੇਸ ਹੁੰਦੀ ਆ ਉਦੋਂ ਜ਼ਰੂਰ ਥੋੜਾ ਜਿਹਾ ਪੁਸ਼ ਕੀਤਾ ਜਾਂਦਾ ਸੋ ਇਸ ਕਰਕੇ ਇਹ ਕੋਈ क्रੂਲਟੀ ਮੇਰੇ ਸਾਹਮਣੇ ਨਹੀਂ ਇਹ ਜੇ ਕੱਲ ਨੂੰ ਬੋਲਦਾਂ ਦੀ ਰੇਸ ਬੰਦ ਹੋ ਗਈ ਤੇ ਫਿਰ ਘੋੜਿਆਂ ਦੀ ਰੇਸ ਜਿਹੜੀ ਆ ਹਾਰਸ ਰੇਸਿਸ ਜਿਵੇਂ ਡਰਬੀ ਵਗੈਰਾ ਚ ਹੁੰਦੀਆਂ ਉਹ ਵੀ ਫਿਰ ਬੰਦ ਹੋਣਗੀਆਂ ਔਰ ਮੇਰਾ ਖਿਆਲ ਹੈ ਜੇ ਤੁਸੀਂ ਅੱਜ ਇਹ ਸ਼ੁਰੂ ਕਰਦੇ ਹੋਗੇ ਤੇ ਕੱਲ ਨੂੰ ਫਿਰ ਇਹ ਵੀ ਕਹੋਗੇ ਕਿ ਜਿਹੜੇ ਬੋਲਦਾਂ ਦੇ ਨਾਲ ਹਲਵਾਈਦੇ ਆ ਉਹ ਵੀ ਬੰਦ ਹੋਣੇ ਚਾਹੀਦੇ ਆ ਸੋ ਮੇਰੇ ਖਿਆਲ ਐ ਸੁਪਰੀਮ ਕੋਰਟ ਨੂੰ ਵੀ ਚਾਹੀਦਾ ਵਾ ਪੇ ਦੇਤੇ ਕੋਈ ਕਲੀਅਰਿਫਿਕੇਸ਼ਨ ਦੇਣ ਸਫਾਈ ਦੇਣ ਕਿ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਟ੍ਰੈਡੀਸ਼ਨਲ ਰੇਸਿਸ ਐ ਜਿਹੜੀਆਂ ਉਹ ਠੀਕ ਆ ਕੁਝ ਸਟੈਪਸ ਲੈ ਜਾ ਸਕਦੇ ਆ ਵੀ ਉੱਥੇ ਕਿਸੇ ਨੂੰ ਕੋਈ ਜ਼ੁਲਮ ਤੇ ਨਹੀਂ ਹੋ ਰਿਹਾ ਕਿਸੇ ਜਾਨਵਰ ਤੇ ਪਰ ਰੇਸਿਸ ਜਿਹੜੀ ਆ ਮਾ ਇਹ ਜ਼ਰੂਰ ਹੋਣੀ ਚਾਹੀਦੀ ਹੈ